ईवनिंग सारिआं नूं। हुणे हुणे जिहड़ी पंजाब पुलिस कॉन्सटेबल दी अज दी 24 अगस्त दी सैकेंड शिफ्ट खत्म हुई है, उहदे पेपर दा एनालिसिस करन लगे हाँ। हुण जिहड़ा पेपर है थोड़ा ईजी सीगा अज, उह तुसीं क्वेश्चन देख के तुहानूं पता लग सकदा। देखो क्वेश्चन जिहड़ा अज आया होया सीगा, पंजाब दे विच सैक्स रेशो पुछी हुई सीगी वी 1000 मर्दां दे अंडर मतलब किन्नियां फीमेल्स आउंदियां ने, ਇਹ ਕੁਐਸਚਨ ਸੀਗਾ। ਫਿਰ ਆਇਆ ਸੀ ਲੁਧਿਆਣੇ ਵਿੱਚ ਗੁੱਗਾ ਪੀਰ ਦਾ ਮੇਲਾ ਲੱਗਦਾ, ਉਹ ਮੇਲਾ ਕਿਹੜਾ ਹੈ? ਆਪਸ਼ਨਾਂ ਦਿੱਤੀਆਂ ਹੋਈਆਂ ਸੀਗੀਆਂ, ਤੁਸੀਂ ਲੱਭਣਾ ਸੀਗਾ। ਫਿਰ ਸੀਗਾ ਕਿਲ੍ਹਾ ਮੁਬਾਰਕ ਕਿੱਥੇ ਹੈ ਅੰਮ੍ਰਿਤਸਰ? ਇਹ ਕੁਐਸਚਨ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਨੇ ਇਹਨਾਂ ਵਿੱਚੋਂ ਕੀ ਬਣਾਇਆ? ਆਪਸ਼ਨਾਂ ਸੀਗੀਆਂ ਕੋਈ ਕਿਲ੍ਹਾ ਬਣਾਇਆ, ਕੋਈ ਮਸਜਿਦ, ਇੱਦਾਂ। ਇਹ ਤੁਸੀਂ ਹੁਣ ਪੜ੍ਹ ਲੈਣਾ ਆਪਣਾ। ਆਰਟੀਕਲ 44 ਬਾਰੇ ਪੁੱਛਿਆ ਹੋਇਆ ਸੀ, ਆਰਟੀਕਲ 267 ਬਾਰੇ ਪੁੱਛਿਆ ਹੋਇਆ ਸੀਗਾ, ਪੰਚਾਇਤ ਰਾਜ ਬਾਰੇ ਪੁੱਛਿਆ ਹੋਇਆ ਸੀਗਾ। ਫਿਰ ਇੱਕ ਕੁਐਸਚਨ ਆਇਆ ਸੀਗਾ TS ਦਿਵਿਆ, ਇਹਨੂੰ 2022 ਦੇ ਵਿੱਚ ਕਿਹੜਾ ਅਵਾਰਡ ਮਿਲਿਆ? ਅਵਾਰਡ ਤਾਂ ਨਹੀਂ ਹਜੇ, ਇਹ ਨਾ ਬਾਸਕਿਟਬਾਲ ਦੀ ਪਲੇਅਰ ਸੀਗੀ, ਇਹਨੇ ਗੇਮ ਚੇਂਜ ਕਰਕੇ ਸ਼ੂਟਿੰਗ ਚੈਂਪੀਅਨ ਬਣੀ ਆ ਹੁਣੇ 10 ਮੀਟਰ ਏਅਰ ਰਾਈਫਲ ਦੇ ਵਿੱਚ, ਨੈਸ਼ਨਲ ਦੇ ਵਿੱਚ ਸਿਲਵਰ ਵੀ ਇਹਨੇ ਜਿੱਤਿਆ, ਗੋਲਡ ਵੀ ਇਹਨੇ ਜਿੱਤਿਆ। ਤਾਂ ਇਹ ਇਹਦਾ ਕੁਐਸਚਨ ਸੀਗਾ, ਇਹਦਾ ਆਨਸਰ। ਅਗਲਾ ਸੀ ਪੰਚਾਇਤ ਰਾਜ ਦੇ ਕੁੱਲ ਕਿੰਨੇ ਮੈਂਬਰ ਹੁੰਦੇ ਹਨ? ਇਹ ਆਇਆ ਸੀਗਾ। ਨਗਰਪਾਲਿਕਾ ਦੇ ਕਿੰਨੇ ਮੈਂਬਰ ਹੁੰਦੇ ਹਨ? ਇਹ ਆਇਆ ਸੀ। ਅਗਲਾ ਆਇਆ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਕਿਹੜਾ ਮੁਗਲ ਬਾਦਸ਼ਾਹ ਨਹੀਂ ਸੀ? ਤਾਂ 4 ਆਪਸ਼ਨਾਂ ਦਿੱਤੀਆਂ ਹੋਈਆਂ ਸੀਗੀਆਂ, ਇੱਕ ਮੁਗਲ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਨਹੀਂ ਸੀ, ਉਹ ਦੱਸਣਾ ਸੀ ਕਿਹੜਾ ਹੈ। ਆਪਾਂ ਜੇ ਗੱਲ ਕਰੀਏ ਮੈਥ ਦੇ ਵਿੱਚ ਟਾਈਮ ਸਪੀਡ ਡਿਸਟੈਂਸ ਦੇ 2-3 ਸੀਗੇ, ਟਾਈਮ ਅਤੇ ਵਰਕ ਦੇ 2-3, ਐਵਰੇਜ ਦੇ 2, ਸਿੰਪਲੀਫਿਕੇਸ਼ਨ ਦੇ 3-4। ਸਿੰਪਲੀਫਿਕੇਸ਼ਨ ਦੇ ਵਿੱਚ ਅੰਡਰਰੂਟ ਦੇ ਵਿੱਚ ਪੁੱਛਿਆ ਹੋਇਆ ਸੀਗਾ ਸਭ ਤੋਂ ਲਾਰਜੈਸਟ ਕਿਹੜੀ ਆ ਅੰਡਰਰੂਟ ਦੇ ਵਿੱਚ। ਮੈਂਸੂਰੇਸ਼ਨ ਦਾ ਇੱਕ ਕੁਐਸਚਨ ਸੀਗਾ, DI ਦੇ 3, ਸਿੰਪਲ ਇੰਟਰਸਟ ਦਾ 1, ਪ੍ਰੋਫਿਟ ਲਾਸ ਦਾ 1, ਪਰਸੈਂਟੇਜ ਦਾ 1। ਰੀਜ਼ਨਿੰਗ ਦੇ ਵਿੱਚ ਸਿਟਿੰਗ ਅਰੇਂਜਮੈਂਟ ਆਈ ਸੀ 3-5 ਦੀ, ਬਲੱਡ ਰਿਲੇਸ਼ਨ 2 ਦਾ, ਕੋਡਿੰਗ 2 ਦਾ, ਲੈਟਰ ਨੰਬਰ 2 ਨੰਬਰ ਦਾ, ਫਿਰ ਆ ਗਈ ਸਲੋਗ 2 ਦਾ ਅਤੇ ਲੈਟਰ ਸੀਰੀਜ਼ ਅਲੱਗ ਤੋਂ, ਉਹ ਨੰਬਰ ਸੀਰੀਜ਼ ਆ 2 ਦੀ, ਲੈਟਰ ਸੀਰੀਜ਼ 2 ਦੀ ਆਈ ਸੀ। ਇਹ ਸੀਗਾ ਅੱਜ ਦੇ ਪੇਪਰ ਦਾ ਅਨਾਲਿਸਿਸ। ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਿਓ ਅਤੇ ਬੈੱਲ ਆਈਕੋਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਸਾਡੀਆਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਧੰਨਵਾਦ।